हाँ जी सत श्री अकाल ते नाले जिहड़ी तुहाडी हुण ड्यूटी बनदी है चैनल नूं सबसक्राइब कर दो एदां उंगल मार के नाले बैल आइकोन बनिया होया घंटी जिही उहदे ते भी मार दो क्योंकि जदों कोई नवीं चीज़ असीं होर पाई तां तुहानूं नाल दी नाल नोटिफिकेशन आ जाऊ सो कर लो सबसक्राइब। कर्फ्यू दे बावजूद फगवाड़ा च वापरे इह कांड। कर्फ्यू दौरान चोर चोरी करन च होए कामयाब। कोरोना वायरस के चलते देश भर में लॉकडाउन दौरान कर्फ्यू लगा है ते हर चौंक ते पुलिस वाले तैनात ने। यकीनी वक-वक शहरां दे अंदरूनी हिस्सों नूं बंद कर दिता गया है, परंतु इस दे बावजूद भी फगवाड़ा विच चोरी दी वड्डी वारदात नूं अंजाम दे के फरार होण च कामयाब हो गए हन। इस संबंधी मोहन सिंह ने दस्सिया कि उन्हां दा दोस्त मनजीत सिंह विदेश विच रहिंदा है ते उन्हां दी कोठी कचहरी दे नेड़े है। कोठी दी देखभाल अच्छे लाल करदा है जो कि किथे बाहर गया होया सी। इस दौरान पिछो चोर मनजीत सिंह घरों 8 लाख रुपए की नकदी 70 लाख रुपए के सोने के गहने और एक पिस्तौल तो इलावा कुछ जिंदा कारतूस भी लेके फरार हो गए हैं। उत्थे सब इंस्पेक्टर थाना सिटी फगवाड़ा तजिंदर सिंह ने दसिया कि पुलिस वालों चोरों की भाल की जा रही है। की नाम तुहाडा की? मेरा नाम मोहन सिंह है जी। मोहन सिंह जी की मामला जिहड़ी चोरी है तुसीं इत्थे किद्दां आए, तुहाडे की लगदे है? इह मेरे दोस्त आ जी 25-30 साल तों मनजीत सिंह जी। ਮੈਨੂੰ ਤਾਂ ਕੱਲ੍ਹ ਪਤਾ ਲੱਗਾ, ਮੈਂ ਇੱਥੋਂ ਕੱਲ੍ਹ ਅਰਲੀ ਮੋਰਨਿੰਗ ਮੈਂ ਨਿਕਲਿਆ ਸੀ ਜਲੰਧਰ ਨੂੰ। ਮੈਂ 10 ਵਜੇ ਪੌਣੇ 10 ਵਜੇ ਜਦੋਂ ਮੈਂ ਵਾਪਸ ਆ ਰਿਹਾ ਸੀ, ਇੱਧਰ ਦੀ ਮੇਰਾ ਰਸਤਾ ਸੀਗਾ, ਮੈਂ ਦੇਖਿਆ ਵੀ ਇਹ ਗੇਟ ਵਾਲਾ ਖੁੱਲ੍ਹਾ, ਕਿਉਂਕਿ ਮੈਨੂੰ ਪਤਾ ਸੀ ਵੀ ਮਨਜੀਤ ਸਿੰਘ ਬਾਹਰ ਗਏ ਆ। ਇੱਕ ਅੱਛੇ ਕੁਮਾਰ ਹੈਗਾ ਬੰਦਾ ਜਿਹਨੂੰ ਇੱਥੇ ਡਿਊਟੀ 'ਤੇ ਛੱਡ ਕੇ ਗਏ ਸੀ ਵੀ ਤੂੰ ਦੇਖਭਾਲ ਕਰਨੀ ਹੈਗੀ ਆ, ਅਤੇ ਉਹ ਜਦ ਮੈਂ ਅੰਦਰ ਆ ਕੇ ਦੇਖਿਆ ਅੱਛੇ ਲਾਲ ਵੀ ਇੱਥੇ ਸੀ, ਇੱਕ ਹੋਰ ਨਾਲ ਕਪ੍ਰੀਤ ਆਟੋ ਵਾਲਾ ਹੈਗਾ ਰਤਨਪੁਰ ਦਾ ਬੰਦਾ, ਉਹ ਵੀ ਇੱਥੇ ਖੜਾ ਸੀਗਾ। ਉਹ ਵੀ ਮੇਰੀ ਏਜ ਦੇ ਬੰਦੇ, ਮੈਨੂੰ ਆ ਕੇ ਪਤਾ ਲੱਗਾ। ਮੈਂ ਦੱਸੋ ਕੀ ਗੱਲ ਹੋਈ ਆ, ਕਹਿੰਦੇ ਚੋਰੀ ਹੋ ਗਈ ਆ ਮਨਜੀਤ ਦੇ। ਅਤੇ ਉਸ ਤੋਂ ਬਾਅਦ ਫਿਰ ਮੈਂ ਮਨਜੀਤ ਨਾਲ ਗੱਲ ਕੀਤੀ USA, ਉਹ ਕਹਿੰਦਾ ਵੀ ਇੱਦਾਂ ਕਰ ਵੀ ਤੂੰ ਉੱਥੇ ਜਾ SP ਦਫ਼ਤਰ ਜਾ, ਮੈਨੂੰ SP ਨਾਲ ਗੱਲ ਕਰਾ ਮੇਰੀ ਜਾਂ ਕਿੱਦਾਂ। SP ਦਫ਼ਤਰ ਗਿਆ, ਉਹ ਕਹਿੰਦੇ ਜੀ ਤੁਸੀਂ ਸਿਟੀ ਜਾਓ। ਸਿਟੀ ਗਿਆ ਉੱਥੇ, ਉਸ ਵੇਲੇ ਮਤਲਬ ਮੈਂ ਕਿਹਾ, ਉਹ ਕਹਿੰਦੇ ਸਾਡੇ ਕੋਲ ਬੰਦਾ ਉੱਥੇ ਆ ਜਾਂਦਾ ਹੈਗਾ, ਤੁਸੀਂ ਚੱਲੋ। ਅੱਛਾ ਅੰਕਲ, ਇੱਕ ਇਹ ਦੱਸਿਓ ਵੀ ਜਿਹੜਾ ਦੇ ਘਰ ਇਸ ਟਾਈਮ ਆਪਾਂ ਖੜੇ ਹਾਂ, ਜਿਹਨਾਂ ਦੀ ਚੋਰੀ ਹੋਈ ਆ, ਇਹ ਜਿਹੜੇ ਸ਼ਖਸ ਇਸ ਟਾਈਮ ਬਾਹਰ ਬੈਠੇ ਆ? ਹਾਂ, ਇਸ ਵੇਲੇ USA ਜੀ। ਅੱਛਾ, ਜਦੋਂ ਤੁਹਾਡੀ ਇਹਨਾਂ ਨਾਲ ਫੋਨ 'ਤੇ ਗੱਲਬਾਤ ਹੋਈ, ਉਹਨਾਂ ਨੇ ਦੱਸਿਆ ਵੀ ਕਿੰਨੇ ਕੁ ਦਾ ਨੁਕਸਾਨ ਹੋਇਆ ਇੱਥੇ? ਹਾਂ, ਉਹ ਦੱਸਦੇ ਪਏ ਸੀਗੇ। SP ਸਾਹਿਬ ਨੂੰ ਵੀ ਦੱਸਿਆ, ਉਹਨਾਂ ਨੇ ਇੰਸਪੈਕਟਰ ਜਿਹੜੇ ਸਿਟੀ ਇੰਚਾਰਜ, ਉਹਨਾਂ ਨੂੰ ਵੀ ਦੱਸਿਆ। ਉਹ ਦੱਸਦੇ ਸੀ ਵੀ ਇੱਕ 8 ਲੱਖ ਮੇਰਾ ਕੈਸ਼ ਸੀਗਾ ਅਤੇ ਇੱਕ ਮੇਰਾ ਰਿਵਾਲਵਰ ਸੀਗਾ ਅਤੇ ਉਹਦੇ ਕੋਲ 6 ਕਾਰਤੂਸ ਵੀ ਸਿਰੇ ਕੋਲ ਹੀ ਪਏ ਸੀਗੇ, ਇੱਦਾਂ ਕਰਕੇ ਦੱਸਿਆ ਉਹਨੇ। ਅਤੇ 70 ਤੋਲੇ ਕਰੀਬ ਸੋਨਾ ਸੀ। ਅੱਛਾ, ਉਹ ਤੁਹਾਡੇ ਉਹ ਫੋਨ 'ਤੇ ਪੁਲਿਸ ਵਾਲਿਆਂ ਨਾਲ ਵੀ ਗੱਲ ਕੀਤੀ ਵੀ ਇਹਨਾਂ ਨੂੰ ਹੈਗਾ? ਪੂਰੀ ਪੁਲਿਸ ਨੇ ਡਿਟੇਲ ਦਿੱਤੀ ਉਹਨਾਂ ਨੇ, ਪਰ ਮੈਨੂੰ ਥੋੜ੍ਹੀ ਪਤਾ ਸੀ ਵੀ ਹਾਂ ਮੈਂ ਉਹ ਤਾਂ ਪੁਲਿਸ ਵਾਲਿਆਂ ਦੇ ਸਾਹਮਣੇ ਜੋ ਕਹਿ ਰਿਹਾ ਸੀ ਅਤੇ ਉਹ ਹੀ ਮੈਂ ਸੁਣ ਰਿਹਾ ਸੀਗਾ। ਜੋ ਉਹਨਾਂ ਨੇ ਡਿਟੇਲ ਪੁਲਿਸ ਨੇ ਦਿੱਤੀ ਹੈ, ਇਹ ਸੇਮ ਡਿਟੇਲ ਉਹਨਾਂ ਨੇ ਦਿੱਤੀ ਹੈਗੀ ਆ। SP ਸਾਹਿਬ ਨੇ ਉਹਨੇ ਇੰਟਰਵਿਊ ਹੋਈ, SHO ਸਾਹਿਬ ਨੇ ਵੀ ਹੋਈ ਹੈਗੀ ਆ। ਮੈਨੂੰ ਮੇਰੇ ਦੋਸਤ ਨੇ ਕਿਹਾ ਵੀ ਭੱਜ ਘਰ ਤੋਂ, ਤੇ ਕੱਲ ਉਹਨਾਂ ਨੇ ਰਿਪੋਰਟ ਲਿਖੀ ਸੀ, ਉਹ ਮੇਰਾ ਐਡਰੈਸ ਲਿਖਿਆ ਸਾਰਾ। ਹਾਂ, ਮੈਂ ਕਿਹਾ ਠੀਕ ਆ। ਕਿ ਉਹਨਾਂ ਦਾ ਪੂਰਾ ਨਾਮ ਕੀ ਹੈ ਜੀ ਜਿਹੜੇ ਬਾਹਰ ਇਸ ਟਾਈਮ? ਮਨਜੀਤ ਸਿੰਘ। ਮਨਜੀਤ ਸਿੰਘ ਸਾਨੂੰ ਪਤਾ ਜੀ? ਮਹਿੰਦਰ ਸਿੰਘ। ਮਹਿੰਦਰ ਰਹਿਣ ਵਾਲੇ ਸੀਗਾ, ਕਿਹੜੀ ਮਾਰਕੀਟ ਪੈਂਦੀ ਹੈ? ਨਹੀਂ, ਇਸ ਵੇਲੇ ਸਰਵਾਸ ਹੋ ਚੁੱਕੇ ਆ। ਇਹਨਾਂ ਦੀ ਮਦਰ ਪਹਿਲਾਂ ਰਹਿੰਦੀ ਸੀ, ਉਹ ਵੀ ਸਰਵਾਸ ਹੋ ਚੁੱਕੀ। ਕੀ ਨਾਮ ਮਾਰਕੀਟ ਦਾ? ਕੀ ਨਾਮ? ਦਲਜੀਤ ਮਾਰਕੀਟ। ਹਾਂਜੀ, ਦਲਜੀਤ ਮਾਰਕੀਟ। ਦਲਜੀਤ ਮਾਰਕੀਟ ਨੇ ਕਚਹਿਰੀਆਂ ਦੇ? ਕਚਹਿਰੀਆਂ ਨਾਲ ਬਿਲਕੁਲ ਸਾਂਝੀ ਕਰ। ਸਾਨੂੰ ਰਾਤੇ ਕੱਲ੍ਹ ਪਤਾ ਚੱਲਿਆ ਸੀਗਾ ਵੀ NRE ਮਨਜੀਤ ਸਿੰਘ ਨੇ ਸਾਨੂੰ ਮਹਿੰਦਰ ਸਿੰਘ ਜਿਹੜੇ USA ਦੇ ਵਿੱਚ ਰਹਿੰਦੇ ਆ, ਉਹ ਆਪਣੀ ਕੋਠੀ ਬੰਦ ਕਰਕੇ 16 ਫਰਵਰੀ ਨੂੰ USA ਦੇ ਵਿੱਚ ਗਏ ਸੀਗੇ। ਉਹਦੇ ਬਾਰੇ ਜਿਹੜੇ ਉਹਨਾਂ ਦੀ ਕੋਠੀ ਦੇ ਵਿੱਚ ਕੰਮ ਕਰਦਾ ਸੀਗਾ ਅਤੇ ਕਮੋਹਣ ਸਿੰਘ ਨੇ ਉਹਦੇ ਦੋਸਤ, ਉਹਨਾਂ ਤਲਾਹ ਦਿੱਤੀ ਸੀ ਕੋਠੀ ਦੇ ਜਿਹੜੇ ਤਾਲੇ ਟੁੱਟੇ ਆ। ਉਹਦੇ ਸੰਬੰਧ ਵਿੱਚ ਅਸੀਂ ਤਾਂ ਸਾਡੇ ਅਫਸਰ ਸਭਾ ਨੂੰ ਮੌਕੇ 'ਤੇ ਗਏ ਸੀ। ਅਸੀਂ ਉੱਥੇ ਵੇਖਿਆ ਵੀ ਕੋਠੀ 'ਚ ਕਾਫੀ ਸਮਾਨ ਖਿਲਰਿਆ ਪਿਆ ਸੀ। ਕਿੰਨਾ ਕੁ ਨੁਕਸਾਨ ਹੋ ਗਿਆ ਸਰ? ਉਹਦਾ ਨੁਕਸਾਨ ਜੀ, ਉਹ NRE ਬਾਹਰ ਨੇ ਉਹ ਆ ਕੇ ਦੱਸਣਗੇ ਵੀ ਕੀ ਨੁਕਸਾਨ ਹੋਇਆ। ਉਹਦੇ ਖਿਲਾਫ ਬੰਦੀ ਕਾਰਵਾਈ ਸੀ, ਮੁਕੱਦਮਾ ਦਰਜ ਕਰ ਦਿੱਤਾ ਜੀ, ਅਤੇ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ
हक दी आवाज़।